ਲਗਾਤਾਰ ਸਬਜ਼ੀਆਂ ਤੇ ਫਲ ਫਰੂਟ ਦੀਆਂ ਕੀਮਤਾਂ ਦੇ ਵਿੱਚ ਦਿਨ ਪਰ ਦਿਨ ਜਿਹੜਾ ਵਾਧਾ ਹੋ ਰਿਹਾ, ਤਸਵੀਰ ਤੁਹਾਨੂੰ ਦਿਖਾ ਦੇ ਰਿਹਾ ਸਵੇਰੇ ਸਬਜ਼ੀ ਜਿਹੜੀ ਮਾਰਕੀਟ ਆ ਉੱਥੇ ਮੌਜੂਦ ਹੈ। ਸਵੇਰੇ ਫਰੈਸ਼ ਸਬਜ਼ੀ ਜਿਹੜੀ ਆ ਸਵੇਰ ਤੋਂ ਇੱਥੇ ਆਉਣੀ ਸ਼ੁਰੂ ਹੋ ਜਾਂਦੀ ਆ ਔਰ ਸਬਜ਼ੀ ਸਾਰੀ ਇੱਥੇ ਆਉਂਦੀ ਆ। ਉਸ ਤਰੀਕੇ ਨਾਲ ਦੁਕਾਨਦਾਰ ਜਿਹੜੇ ਨੇ ਆਪਣੀ ਸਬਜ਼ੀ ਵੇਚਦੇ ਆ, ਕੋਈ ਦੁਕਾਨਦਾਰ ਵੀ ਨਹੀਂ ਔਰ ਗਾਹਕ ਵੀ ਨਾਲ ਗੱਲਬਾਤ ਕਰ ਰਹੇ ਆ ਕਿ ਕਿਸ ਤਰ੍ਹਾਂ ਦੇ ਕੀ ਲੱਗਦਾ ਜੀ ਲਗਾਤਾਰ ਦਿਨ ਪਰ ਦਿਨ ਜਿਹੜੀਆਂ ਸਬਜ਼ੀਆਂ ਦੀਆਂ ਕੀਮਤਾਂ ਵੱਧਦੀਆਂ ਜਾ ਰਹੀਆਂ। ਸਬਜ਼ੀ ਜਿਹੜੀ ਆ ਜੀ ਇਸ ਵੇਲੇ ਬਾਰਿਸ਼ਾਂ ਦਾ ਮੌਸਮ ਆਇਆ, ਘਟ ਗਈ ਬਹੁਤ, ਜਿਹਦੇ ਕਰਕੇ ਸਬਜ਼ੀ ਘਟਣ ਕਰਕੇ ਜਿਹੜੀ ਸਬਜ਼ੀ ਦੇ ਰੇਟ ਆ ਡਬਲ ਹੋ ਗਏ ਆ। ਜਿਹੜੀ ਕੋਈ 20 ਰੁਪਏ ਕਿਲੋ ਵਾਲੀ ਚੀਜ਼ ਸੀ ਉਹ 50 ਰੁਪਏ ਕਿਲੋ, 45 ਰੁਪਏ ਕਿਲੋ ਹੋ ਗਈ। ਟਮਾਟਰ ਜਿਹੜਾ ਉਹ 10 ਰੁਪਏ ਕਿਲੋ ਵਿਕ ਰਿਹਾ, ਹਾਲੇ 100 ਰੁਪਏ ਕਿਲੋ ਵਿਕ ਰਿਹਾ, ਕਿਉਂਕਿ ਦੁਕਾਨਦਾਰੀ ਕਰਨ ਜਾ 200 ਰੁਪਏ ਦਾ ਕਰੇਟ ਆਉਂਦਾ ਜਾਂ ਹਾਲੇ 1600 ਦਾ ਆਉਣ ਡਿਆ। ਇਸ ਕਰਕੇ ਦੁਕਾਨਦਾਰ ਆਪਣਾ ਮਜਬੂਰ ਆ ਬਹੁਤ ਜ਼ਿਆਦਾ, ਕਿਉਂਕਿ ਸਬਜ਼ੀ ਜਿਹੜੀ ਆਉਂਦੀ ਆ ਤੇ ਲੋਕੀ ਜਿਹੜੇ ਕਿਲੋ ਲੈਣ ਵਾਲੇ ਪਾ ਤੇ ਆ ਗਏ ਆ। ਬਹੁਤ ਮੁਸ਼ਕਿਲ ਹੋ ਰਹੀ ਹੈ, ਸਾਰਾ ਬਜਟ ਲਾ ਕੇ ਰੱਖਦਾ, ਇੰਤਜ਼ਾਮ ਹੋਣੇ ਚਾਹੀਦੇ ਤਾਂ ਕਿ ਸਬਜ਼ੀ ਘੱਟ ਤੋਂ ਘੱਟ ਕੀਮਤ ਘਟੇ ਇਹਨਾਂ ਦੀ, ਆਮ ਲੋਕ ਦੀ ਜ਼ਰੂਰਤ ਪੂਰੀ ਹੋ ਸਕੇ। ਬਿਲਕੁਲ, ਤਸਵੀਰਾਂ ਤੁਹਾਨੂੰ ਦਿਖਾ ਦਿੰਦਾ ਕਿ ਜਿਵੇਂ ਤਾਜ਼ੀ ਸਬਜ਼ੀ ਜਿਹੜੀ ਆ ਸਵੇਰ ਤੋਂ ਆਉਣੀ ਸ਼ੁਰੂ ਹੋ ਜਾਂਦੀ ਆ ਔਰ ਲਗਾਤਾਰ ਜਿਵੇਂ ਪਿਆਜ਼ ਦੀ ਗੱਲ ਕਰ ਲਈ, ਆਲੂਆਂ ਦੀ ਗੱਲ ਕਰ ਲਈ, ਦਿਨ ਪਰ ਦਿਨ ਜਿਹੜੀਆਂ ਇਹਦੀਆਂ ਕੀਮਤਾਂ ਨੇ ਵੱਧਦੀਆਂ ਦਿਖਾਈ ਦੇ ਰਹੀਆਂ ਨੇ, ਦੁਕਾਨਦਾਰ ਕਿਸ ਤਰ੍ਹਾਂ ਦੇ ਫਿਰ ਗਾਹਕ ਵੀ ਘਟਦਾ ਜੀ? ਬਹੁਤ ਘਟਦਾ ਜੀ ਗਾਹਕ, ਬਹੁਤ ਘਟਦਾ ਗਾਹਕ ਜੀ, ਤੇ ਪਰੇਸ਼ਾਨ ਹੁੰਦਾ ਗਾਹਕ, ਕਿਉਂਕਿ ਜਿਹੜੇ ਕਿਲੋ 10 ਰੁਪਏ ਕਿਲੋ ਗੰਢੇ ਸੀ ਉਹ ਹਾਲੇ 100 ਦੇ 3 ਕਿਲੋ ਗੰਢੇ 2.5 ਕਿਲੋ ਹੋਏ, ਇਸ ਕਰਕੇ ਸਾਰਿਆਂ ਲਈ ਪਰੇਸ਼ਾਨੀ, ਦੁਕਾਨਦਾਰਾਂ ਲਈ ਤਾਂ ਪਰੇਸ਼ਾਨੀ, ਉਹ ਜਿਹੜਾ ਮਾਲ 2000 ਚ ਲਿਆਉਂਦੇ ਉਹ 8000 ਚ ਲਿਆਉਂਦੇ ਆ, ਇਸ ਕਰਕੇ ਸਬਜ਼ੀਆਂ ਹੀ ਘੱਟ ਆਉਂਦੀਆਂ, ਕੀਮਤਾਂ ਜਿਹੜੀਆਂ ਸਬਜ਼ੀਆਂ ਬਹੁਤ ਘਟੀਆਂ। ਬਿਲਕੁਲ, ਮੰਡੀ ਤੋਂ ਸਵੇਰੇ ਜਿਹੜੀਆਂ ਤੁਹਾਨੂੰ ਸਬਜ਼ੀ ਦੀਆਂ ਪਹਿਲਾਂ ਤਸਵੀਰਾਂ ਦਿਖਾ ਦਿੰਦੇ ਕਿ ਸਾਰੀ ਸਬਜ਼ੀ ਜਿਹੜੀ ਇੱਥੇ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰੀਕੇ ਨਾਲ ਓਪੋਜ਼ਿਟ ਸਾਈਡ ਵੀ ਜਿਹੜੀਆਂ ਨੇ ਇਸੇ ਤਰੀਕੇ ਨਾਲ ਫਲ ਫਰੂਟ ਦੀ ਰੇਹੜੀਆਂ ਵੀ ਲੱਗਦੀਆਂ ਨੇ ਔਰ ਸਬਜ਼ੀ ਜਿਹੜੇ ਲੋਕ ਜਿਹੜੇ ਨੇ ਇੱਥੇ ਲੈਣ ਲਈ ਆਉਂਦੇ ਨੇ ਔਰ ਪਰੇਸ਼ਾਨ ਗਾਹਕ ਨਜ਼ਰ ਆ ਰਹੇ ਨੇ। ਉਸਦਾ ਰੀਜ਼ਨ ਇਹ ਹੈ ਕਿ ਦਿਨ ਪਰ ਦਿਨ ਸਬਜ਼ੀ ਦੀ ਕੀਮਤ ਜਿਹੜੀ ਵੱਧਦੀ ਜਾ ਰਹੀ ਹੈ, ਜਿਸ ਤੋਂ ਲੈ ਕੇ ਆਮ ਘਰ ਦੀ ਰਸੋਈ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਜਿਸ ਦਾ ਬਜਟ ਹੈ ਹਿੱਲਿਆ ਹੋਇਆ ਹੈ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18।